ਹੈਲੋ ਫਰੈਂਡਸ ਆਪ ਜੀ ਦਾ ਸਾਡੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ETT 635 ਪੋਸਟਾਂ ਦੇ ਰਿਗਾਰਡਿੰਗ ਸੋ ਤੁਹਾਨੂੰ ਪਤਾ ਹੈ ਇਹਦੇ ਵਿੱਚ ਸਟੇ ਲੱਗੀ ਸੀ ਪੋਸਟਾਂ ਦੇ ਉੱਪਰ ਤਾਂ ਇਹਦਾ ਜਿਹੜਾ ਡਿਸੀਜਨ ਸੀ ਕੋਰਟ ਨੇ ਦੇਣਾ ਸੀ 9 ਦਸੰਬਰ ਨੂੰ ਬਟ ਉਹ ਡਿਸੀਜਨ ਦੇ ਵਿੱਚ ਕੁਝ ਮੈਨਿਪੂਲੇਸ਼ਨਸ ਹੋਈ ਨੇ ਚਿੰਡਿਸ ਹੋਏ ਨੇ ਕੀ ਬਣਿਆ ਹੈ ਕੋਰਟ ਕੇਸ ਦਾ ਕਿ ਉਹ ਜਿਹੜੀ ਸਟੇ ਸੀ ਹਟੀ ਹੈ ਜਾਂ ਨਹੀਂ ਹਟੀ ਅਗਲੀ ਡੇਟ ਮਿਲੀ ਹੈ ਇਹ ਸਾਰੀ ਜਿਹੜੀ ਇਨਫੋਰਮੇਸ਼ਨ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਪ੍ਰੋਵਾਈਡ ਕਰੂੰਗਾ ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲੇ ਮੈਂ ਤੁਹਾਨੂੰ ਰਿਕੁਐਸਟ ਕਰਨਾ ਚਾਹਾਂਗਾ ਕਿ ਅਗਰ ਤੁਸੀਂ ਫਸਟ ਟਾਈਮ ਚੈਨਲ ਤੇ ਵਿਜ਼ਿਟ ਕੀਤਾ ਹੈ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਨਕਲੂਡਿੰਗ ਬੈਲ ਆਈਕਨ ਤੇ ਕਲਿੱਕ ਕਰ ਲੈਣਾ ਫੋਰ ਫਿਊਚਰ ਐਸੀ ਅਪਡੇਟਸ ਲਈ ਤਾਂ ਦੇਖੋ ਜੀ ਉਹਦੇ ਲਈ ਤੁਸੀਂ ਜਾਣਾ ਹੈ ਇੱਥੇ ਕੇਸ ਨੰਬਰ ਤੇ ਵੈਬਸਾਈਟ ਥੋੜੀ ਜੀ ਡਾਟਾਬੇਸ ਇਹਨਾਂ ਦਾ ਬਿਜ਼ੀ ਚੱਲਿਆ ਹੋਇਆ ਹੈ ਕੇਸ ਨੰਬਰ ਤੇ ਜਾ ਕੇ ਕੇਸ ਨੰਬਰ ਮੈਂ ਤੁਹਾਨੂੰ ਦੱਸ ਦਿੰਦਾ ਹੈ ਕੇਸ ਨੰਬਰ ਹੈ ਜੀ 15486 ਠੀਕ ਹੈ ਰਿਟ ਪਟੀਸ਼ਨ ਹੈ ਅਤੇ 2021 ਦਾ ਕੇਸ ਹੈ ਠੀਕ ਹੈ ਇਹਦੇ ਵਿੱਚ ਜਿਹੜਾ ਕੋਰਟ ਨੇ ਆਰਡਰ ਦਿੱਤੇ ਆ ਉਹ ਕੀ ਹੈ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਨਾ ਠੀਕ ਹੈ ਸਾਈਟ ਆ ਦਿਖ ਸਕਦੇ ਤੁਸੀਂ ਇਥੇ ਡਾਟਾਬੇਸ ਉਹਨਾਂ ਦਾ ਬਿਜ਼ੀ ਚੱਲਿਆ ਹੋਇਆ ਆ ਆ ਦੇਖੋ ਅਨੈਬਲ ਟੂ ਕਨੈਕਟ ਟੂ ਡਾਟਾਬੇਸ ਤਾਂ ਉਹ ਜਿਹੜੀ ਨੈਕਸਟ ਡੇਟ ਤੁਹਾਨੂੰ ਮਿਲੀ ਹੈ 20 ਜਨਵਰੀ ਦੀ ਮਿਲੀ ਹੈ ਸਟੇਟ ਆਡੀ ਹਲੇ ਨਹੀਂ ਹਟੀ ਜਿਹੜੇ ਵੀ ਜੱਜ ਜੀ ਸੀਗੇ ਜਾਂ ਜਿਨ੍ਹਾਂ ਨੇ ਬੱਚਿਆਂ ਨੇ ਇਲਾਇਸ ਸੀ ਕੇਸ ਵੈਰਾ ਉਹਨਾਂ ਨੂੰ ਜਿਹੜੀ ਨੈਕਸਟ ਡੇਟ ਹੈ 20 ਜਨਵਰੀ ਮਿਲੀ ਹੈ ਦਾ 20 ਜਨਵਰੀ ਨੂੰ ਹੁਣ ਨੈਕਸਟ ਡਿਸੀਜਨ ਆਊਗਾ ਅਗਲਾ ਹੁਣ ਇਹ ਦੇਖਦੇ ਆ ਕਿ ਅਦੋਂ ਟਾਡੀ ਜਿਹੜੀ ਪ੍ਰੋਬਲਮ ਹੈ ਸੋਲਵ ਹੁੰਦੀ ਹੈ ਜਾਂ ਨੈਕਸਟ ਤੁਹਾਨੂੰ ਡੇਟ ਮਿਲਦੀ ਹੈ ਸੋ ਇਦਾਂ ਦੀ ਅਪਡੇਟ ਵਾਸੇ ਜ਼ਰੂਰ ਸਾਡੇ ਨਾਲ ਜੁੜੇ ਰਹੋ 2364 ਪੋਸਟ ਲਈ ETT ਦੀਆਂ ਸੀਗੀਆਂ ਉਹਦੇ ਬਾਰੇ ਤੱਕ ਕੁਝ ਨਹੀਂ ਬਣਿਆ ਤਾਂ ਬਾਕੀ ਇਦਾਂ ਦੀ ਇਨਫੋਰਮੇਸ਼ਨ ਜਿਹੜੀ ਵੀ ਇਨ ਫਿਊਚਰ ਆਉਂਦੀ ਹੈ ਉਹ ਆਪਾਂ ਆਪਣੇ YouTube ਚੈਨਲ ਤੇ ਅਪਲੋਡ ਕਰਦੇ ਰਾਵਾਂਗੇ ਤਾਂ ਬਾਕੀ ਯੂਨੀਅਨਾਂ ਨਾਲ ਜੁੜੇ ਰਹੋ ਜੋ ਵੀ ਯੂਨੀਅਨ ਦੀ ਮੀਟਿੰਗਸ ਵੈਰਾ ਹੁੰਦੀਆਂ ਉਹਨੂੰ ਦੇਖਿਆ ਕਰੋ ਉਹਨਾਂ ਨਾਲ ਜ਼ਰੂਰ ਸਪੋਰਟ ਕਰਿਆ ਕਰੋ ਤੇ ਬਾਕੀ ਹੋਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਾਡੀ ਹੈਲਪ ਚਾਹੀਦੀ ਹੈ ਉਹ ਤੁਸੀਂ ਸਾਨੂੰ WhatsApp ਤੇ ਜਾਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਲੈ ਸਕਦੇ ਹੋ ਸੋ ਥੈਂਕ ਯੂ ਫਰੈਂਡਸ ਫੋਰ ਵਾਚਿੰਗ ਦਿਸ ਵੀਡੀਓ ਐਂਡ ਫੋਰ ਯੂਅਰ ਅਵੇਲੇਬਲ ਟਾਈਮ